ਕੁਝ ਨੌਜਵਾਨਾਂ ਦੇ ਵੱਲੋਂ ਪੀਆਰਟੀਸੀ ਦੇ ਬੱਸ ਡਰਾਈਵਰ ਨੂੰ ਪਹਿਲਾਂ ਤਾਂ ਗਲਤ ਇਸ਼ਾਰੇ ਕੀਤੇ ਗਏ, ਬਾਅਦ ਦੇ ਵਿੱਚ ਤਲਵਾਰਾਂ ਦੇ ਨਾਲ ਬੱਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਦਿੱਲੀ ਤੋਂ ਜਲੰਧਰ ਆ ਰਹੀ ਪੀਆਰਟੀਸੀ ਦੀ ਬੱਸ ਦੇ ਉੱਤੇ ਕੁਝ ਨੌਜਵਾਨਾਂ ਨੇ ਤਲਵਾਰਾਂ ਦੇ ਨਾਲ ਹਮਲਾ ਕੀਤਾ। ਬੱਸ ਡਰਾਈਵਰ ਨੇ ਦੋਸ਼ ਲਗਾਇਆ ਹੈ ਕਿ ਪਿੱਛੇ ਤੋਂ ਕਾਰ ਦੇ ਵਿੱਚ ਸਵਾਰ ਕੁਝ ਨੌਜਵਾਨ ਗਲਤ ਇਸ਼ਾਰੇ ਕਰ ਰਹੇ ਸਨ, ਫਿਰ ਅਚਾਨਕ ਜਦੋਂ ਛੋਣੀ ਨੇੜੇ ਆਏ ਤਾਂ ਇਸ ਦੌਰਾਨ ਬੱਸ ਦੇ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਉਕਤ ਨੌਜਵਾਨ ਬੱਸ ਦੀਆਂ ਚਾਬੀਆਂ ਤੱਕ ਵੀ ਆਪਣੇ ਨਾਲ ਲੈ ਗਏ, ਜਿਸ ਤੋਂ ਬਾਅਦ ਪੀਆਰਟੀਸੀ ਦੇ ਡਰਾਈਵਰਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਮੌਕੇ ਦੇ ਉੱਤੇ ਧਰਨਾ ਦਿੱਤਾ, ਜਿਸ ਕਾਰਨ ਨੈਸ਼ਨਲ ਹਾਈਵੇ ਦੇ ਉੱਤੇ ਲੰਮਾ ਜਾਮ ਲੱਗ ਗਿਆ। ਦੱਸਣਯੋਗ ਹੈ ਕਿ ਡਰਾਈਵਰ ਦਾ ਕਹਿਣਾ ਹੈ ਕਿ ਉਹ ਬੱਸ ਦੀਆਂ ਚਾਬੀਆਂ ਨਾਲ ਲੈ ਗਏ ਨੇ, ਜਿਸ ਦੀ ਵਜ੍ਹਾ ਦੇ ਨਾਲ ਬੱਸ ਨਹੀਂ ਚੱਲ ਸਕਦੀ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਚਾਰ ਜਣੇ ਵੀ ਵਧੀਆ ਗੱਡੀ ਦੇ ਮਗਰੋਂ, ਸਾਨੂੰ ਕੋਈ ਪਤਾ ਨਹੀਂ ਆਈ ਰਹੋ ਕਿਸੇ ਪੀ ਆਰ ਟੀ ਸੀ ਗੱਡੀ ਖਰਾਬ ਹੋ ਰਹੀ ਹੈ, ਸਵਾਰੀਆਂ ਵਿੱਚ ਲੱਗੀਆਂ ਉਹ ਗੱਡੀ ਦੇ ਪੂਰੀ ਲਾਈਨ ਲੱਗੀ ਪਈ, ਉਹ ਸਵਾਰੀਆਂ ਜਿਹੜੀਆਂ ਉਹਦੇ ਚੀਕਾਂ ਮਾਰੀਆਂ ਜਦੋਂ ਇੱਧਰੋਂ ਕਿਰਪਾਨਾਂ ਮਾਰੀਆਂ ਨੂੰ ਆਣ ਕੇ ਇੱਧਰਲੀ ਸਾਈਡ ਨੂੰ ਮਾਰੀਆਂ, ਸਾਡੀ ਚਾਬੀ ਵੀ ਕੱਢ ਕੇ ਲੈ ਗਿਆ, ਮੁੜ ਕੇ ਇੱਧਰੋਂ ਦੁਪਾਰੀ ਤਾਂ ਖੁੱਲ੍ਹੀ ਗਈ ਅਤੇ ਇੱਧਰਲੀ ਸਾਈਡ ਆਣ ਕੇ ਕਰੰਟ ਨੂੰ ਮਾਰਨ ਲੱਗ ਪਿਆ। ਸਾਨੂੰ ਪੁੱਛਾਂ ਵੀ ਚਾਰ ਅੱਠ ਜਣੇ ਉਹਨਾਂ ਗਾੜੀ ਸੱਦੇ ਮੁੰਡੇ, ਜਿਹੜੇ ਮੁੰਡੇ ਆਏ ਆ ਅਤੇ ਚਾਰ ਜਿਹੜੇ ਉਹ ਬਾਬੇ ਗੋਲ ਕਰਨ ਵਾਲੇ, ਉਹਨਾਂ ਕੋਲ ਕਿਰਪਾਨਾਂ ਕਿਉਂ ਬੋਲੇ? ਰੈਲੀ ਦਾ ਕਰਕੇ ਜ਼ਿਆਦਾ ਮਥੰਡੇ ਆ ਸਾਡੇ ਜੀ, ਰੈਲੀ ਇਹ ਰੈਲੀਆਂ ਥੋੜ੍ਹਾ ਵਾ, ਇਹ ਲੋਕਾਂ ਨੂੰ ਜਨਤਾ ਖਰਾਬ ਕਰਨ ਵਾਸਤੇ ਅਸਰ ਪਰ ਰੈਲੀਆਂ ਨਹੀਂ। ਤੁਹਾਡਾ ਨਾਮ ਕੀ ਹੈ? ਸਾਡਾ ਬਖਤਾਰ ਸਿੰਘ। ਕਿੱਥੋਂ ਆ ਰਹੇ ਸੀਗੇ ਬੱਸ? ਸਵਾਰੀ ਖੋਲ ਨਹੀਂ ਲੈਣ ਲੱਗੀ ਜੀ, ਵਿੱਚ ਗੱਡੀ ਦਾ ਨੁਕਸਾਨ ਤਾਂ ਨਹੀਂ ਹੋਇਆ ਸਵਾਰੀ ਦਾ? ਸਵਾਰੀ ਆ ਵਿਚਾਰੀ, ਇੱਕ ਕੁੜੀ ਨੇ ਜਿਹੜੀ ਉਹ ਮਾਥਾ ਵੀਡੀਓ ਬਣਾਈ ਆ, ਸਾਡੇ ਕੋਲ ਵੀਡੀਓ ਬਣਾਉਂਦਾ ਵੀ ਟਾਈਮ ਨਹੀਂ ਮਿਲਿਆ, ਗਾੜੀ ਮਾਰਨ ਲੱਗ ਪਿਆ। ਕਿੰਨੇ ਜਾਣੇ ਸੀਗੇ? ਤੁਹਾਡੀਆਂ ਜਿਹੜੇ ਬਾਬੇ ਉਹਨਾਂ ਕਿਰਪਾਨਾਂ ਮਾਰੀਆਂ, ਦੂਜੇ ਮੁਖੀਆਂ ਮੱਕੀਆਂ ਮਾਰ ਕੇ।